ਸਲਾਮ ਅਲੈਕੁਮ ਵੀਰੋ, ਕੀ ਹਾਲ ਚਾਲ ਹੈ? ਠੀਕ ਹੋ? ਤਬੀਅਤ ਸਹੀ? ਠੀਕ ਹੈ। ਮੇਰਾ ਨਾਮ ਅਮਨ ਮਾਨ ਹੈ, ਤੁਸੀਂ ਸਾਰੇ ਵੇਖ ਰਹੇ ਹੋ ਪੰਜਾਬੀ ਵਲੌਗ। ਅੱਜ ਜੀ ਅਸਾਂ ਟਰਾਲਿੰਗ ਕਰਾਉਣੀ ਗਰੀਸ, ਕਿਉਂਕਿ ਕਮਾਦ ਦਾ ਸੀਜ਼ਨ ਹੋ ਗਿਆ ਸ਼ੁਰੂ, ਅਤੇ ਹੁਣ ਗਰੀਸ ਕਰਾ ਕੇ ਹਵਾ ਭਰਾਵਾਂਗੇ ਅਤੇ ਤਾਂ ਹੀ ਅਗਰ ਕਮਾਦ ਜਿਹੜਾ ਨਾ ਉਹ ਲੱਦਾਂਗੇ। ਅਤੇ ਅੱਜ ਉਹ ਤੁਹਾਨੂੰ ਵਿਖਾਉਂਦੇ ਹਾਂ ਵੀ ਟਰਾਲਿੰਗ ਕਿਵੇਂ ਗਰੀਸ ਹੁੰਦੀ ਹੈ ਅਤੇ ਕਿੰਨੀ ਕਿੰਨੀ ਹਵਾ ਜਿਹੜੀ ਉਹ ਭਰਾਉਣੀ ਇਹਦੇ। ਛੰਨੇ ਦਾ ਸੀਜ਼ਨ ਹੋ ਗਿਆ ਸਟਾਰਟ, ਤੇ ਟਰਾਲਾ ਕੱਢਿਆ ਇਹਨੂੰ ਕੋਈ ਗਰੀਸ ਅਤੇ ਕੋਈ ਦੀ ਸਾਫ਼ ਸਫਾਈ ਕਰਨੇ ਆ। ਉਸ ਤੋਂ ਬਾਅਦ ਮੁੜ ਕਮਾ ਦਿੰਦੇ ਅਤੇ ਚੱਲ ਸੋ ਚੱਲ ਹੋਣਾ। ਮੁੜ ਤਾਂ ਕਮਾਦ ਦੇ ਸੀਜ਼ਨ ਤੋਂ ਬਾਅਦ ਇਹਨੇ ਸਾਫ਼ ਸੁਥਰਾਈ ਇਹਦੀ ਹੋਣੀ ਇੱਕੋ ਵਾਰੀ। ਇਸ ਵਾਸਤੇ ਪਹਿਲਾਂ ਸਾਫ਼ ਸਫਾਈ ਹੋ ਰਹੀ ਹੈ, ਮਿੱਟੀ ਹਿੱਟੀ ਜ਼ਿਆਦਾ ਸੀ, ਇਸ ਵਾਸਤੇ ਧੋਪ ਰਿਹਾ ਸਾਰਾ। ਇਸ ਪਾਸੋਂ ਧੋਤਾ ਖਲਾ ਲੈ ਜਾਵਾਂਗੇ, ਗਰੀਸ ਕਰਾਵਾਂਗੇ। ਗਰੀਸ ਕਰਾ ਕੇ ਇਹਨੂੰ ਦੁਆ ਇਹਦੀ ਸੈਟਿੰਗ ਮੈਟਿੰਗ ਸਹੀ ਕਰਾਵਾਂਗੇ। ਇਹਦੇ ਵਿੱਚ ਇੱਥੇ ਕਾ ਬੈਰੰਗ ਹੁੰਦੇ ਜਿਹਨੂੰ ਗਰੀਸ ਕਰਾਉਣੀ ਹੈ। ਇੱਥੇ ਕਿੰਨਾ ਚਿਰ ਬਾਅਦ ਗਰੀਸ ਕਰਾ ਲਈ ਹੈ? ਦੋ ਸਾਲ ਤਿੰਨ ਸਾਲ ਘੱਟ ਹੀ ਜਾਂਦਾ। ਅੱਛਾ, ਜਿਹੜਾ ਜ਼ਿਆਦਾ ਚੱਲਿਆ ਆਵੇ ਉਹ ਮੁੜ ਸਾਲ ਬਾਅਦ? ਦੋ ਸਾਲ ਬਾਅਦ, ਹਾਂ। ਅੱਛਾ, ਜਿੰਨਾ ਥੋੜ੍ਹਾ ਚੱਲਿਆ ਹੋਏਗਾ ਉਹਨੇ ਥੋੜ੍ਹਾ ਕੰਮ ਤਾਂ ਇੱਥੇ ਬਸ ਬੈਰੰਗਾਂ ਵਿੱਚ ਹੁੰਦੇ ਨੇ, ਉਹਨਾਂ ਨੂੰ ਗਰੀਸ ਹੁੰਦੀ ਹੈ ਬਸ। ਆ ਕਿੰਨੀ ਗਰੀਸ ਲੱਗ ਜਾਂਦੀ ਤਕਰੀਬਨ? ਅੱਛਾ, 4-5 ਕਿਲੋ ਇੱਕ ਪਾਸੇ ਲੱਗਦੀ। 10-12 ਕਿਲੋ ਇਹਦਾ ਮਤਲਬ ਦੋਵਾਂ ਪਾਸੇ ਲੱਗ ਜਾਂਦੀ। ਅੱਛਾ, ਅਗਲੀ ਜ਼ਿਆਦਾ ਮੁੜ ਥੋੜ੍ਹੀ ਵੀ ਪੈ ਜਾਂਦੀ। ਅੱਛਾ, ਸਫਾਈ ਕਰਕੇ ਚੰਗੀ ਤਰ੍ਹਾਂ ਇਹਨੂੰ ਪਾਈ ਜਾਵੇ ਤਾਂ ਮੁੜ ਇੰਨੀ ਪੈ ਜਾਂਦੀ, 8-10 ਕਿਲੋ ਪੈ ਜਾਂਦੀ ਹੈ। ਜ਼ਿਆਦਾ ਹੀ ਪੈ ਜਾਂਦੀ। ਛੋਟੀਆਂ ਵੱਡੀਆਂ। ਅੱਛਾ, ਜਿਹਦੇ ਜਗ੍ਹਾ ਗਰੀਸ ਹੁੰਦੀ ਹੈ ਵਿੱਚ ਹੱਬ ਹੁੰਦੀ ਹੈ ਇਹਦੇ 'ਚ? ਗਰੀਸ ਬਾਹਰ ਹੋ ਅੰਦਰ ਬਾਹਰ। ਅੱਛਾ, ਵੇ ਬੈਰੰਗ ਹੁੰਦਾ ਉਹਨੂੰ ਬੈਰੰਗ ਨੂੰ ਹਿਫਾਜ਼ਤ ਵਾਸਤੇ ਗਰੀਸ ਹੁੰਦੀ। ਇੱਥੋਂ ਬਾਹਰੋਂ ਹੀ ਹੋ ਜਾਂਦੀ ਕਿ ਅੰਦਰ ਵਾਲਾ ਟਾਇਰ ਵੱਖਰਾ ਹੁੰਦਾ? ਅੱਛਾ, ਆਪ ਖੋਲ ਨਹੀਂ, ਮੁੜ ਦੋਵੇਂ ਟਾਇਰ ਇਕੱਠੇ ਵਿੱਚ ਇੱਕੋ ਪਾਸੇ ਹੀ ਹੋ ਜਾਂਦੀ ਗਰੀਸ ਇੱਥੋਂ ਹੀ? ਹਾਂ, ਇਕੱਠੇ ਨਿਕਲ ਆਉਂਦੇ ਨੂੰ ਰਬਾਰ। ਅੱਛਾ, ਗਰੀਸ ਹੀ ਇਹਨਾਂ ਮੁੜ ਇਕੱਠੀ ਹੁੰਦੀ ਅਤੇ ਹਵਾ ਇਹਦੇ ਕਿੰਨੀ ਕਿੰਨੀ ਹੁੰਦੀ? ਟਰੈਕਟਰ ਇਸੇ ਨਾਲ ਲੈ ਕੇ ਜਾਣਾ ਕਮਾ ਸਾਰਾ? ਹੋਰ ਕਿਵੇਂ ਜਾਣਾ, ਦੂਆ ਤਾਂ ਨਹੀਂ ਜਾਂਦਾ। ਅੱਛਾ, ਦੂਆ ਨਹੀਂ ਲੈ ਜਾਣਾ ਇਸੇ ਨੂੰ? ਲਾਟਾਂ ਲਾਉਣੀਆਂ ਨਹੀਂ ਇਹਦੇ 'ਤੇ? ਕਿਆ ਲਾਟਾਂ ਕੰਮ ਸਰ ਜਾਏਗਾ ਇਹਦੇ ਨਾਲ? ਹਾਂ ਜੀ, ਉਸਤਾਦ ਸ਼ਾਹੀ ਗਲਾਏ ਖਲਾ ਇੱਥੇ ਟਾਇਰ ਖਲਾਉਣ। ਹੁਣ ਟਾਇਰ ਖੋਲ ਕੇ ਸਾਰਾ ਅਤੇ ਤਾਂ ਇਹਦੇ ਗਰੀਸ ਹੋਣੀ। ਸਮਾਨ ਸਮੂਨ ਸਾਰਾ ਆਇਆ ਪਿਆ ਜਿਹਦੇ ਨਾਲ ਖੁੱਲ੍ਹਣਾ। ਪਹਿਲੀ ਵਾਰੀ ਖੋਲ ਕੇ ਗਰੀਸ ਹੋਣੀ, ਅੱਗੇ ਗਰੀਸ ਕੋਈ ਨਹੀਂ ਕਰਾਈ ਟਰਾਲੇ ਨੂੰ। ਕਿਉਂਕਿ ਗੰਨੇ ਦਾ ਸੀਜ਼ਨ ਹੋ ਗਿਆ ਸ਼ੁਰੂ, ਉਹਨੇ ਨੂੰ ਗਰੀਸ ਅਤੇ ਹਵਾਵਾਂ ਜਿਹੜੀਆਂ ਨੇ ਉਹ ਇਹਦੀਆਂ ਪੂਰੀਆਂ ਰੱਖਣੀਆਂ ਨੇ ਅਤੇ ਤਾਂ ਇਹਨੇ ਲੈ ਜਾਣਾ।
ਪਹਿਲੇ ਟਾਇਰ ਨੂੰ ਖੁੱਲ੍ਹਾ ਹੋਇਆ, ਹੁਣ ਇਸ ਟਾਇਰ ਨੂੰ ਖੋਲ੍ਹਣਾ ਅੱਲਾ ਖੈਰ ਕਰੇ। ਗੰਨੇ ਦਾ ਸੀਜ਼ਨ ਸਟਾਰਟ ਹੋ ਗਿਆ ਤਾਂ ਵਾਸਤੇ ਇਹਨੂੰ ਗਰੀਸ ਜਿਹੜੀ ਹੈ ਨਾ ਉਪਰਾ ਲਏ। 2 ਸਾਲ ਹੋ ਗਏ ਨਾ ਕਿ ਕੋਈ ਨਹੀਂ ਕਰਾਈ। ਆਹ ਗਰੀਸ ਦੀ ਬਾਲਟੀ ਪਈ ਹੈ, ਦੂਆ ਸਾਰਾ ਸਮਾਨ ਆ ਗਿਆ, ਟਾਇਰ ਚੁਵਿੰਦਾ ਪਿਆ ਹੁਣ। ਬਸ ਜੀ ਉਸਤਾਦ ਸ਼ਾਹੀ ਆ ਬਸ। ਇਹ ਜੀ ਨਟ ਨੁਟ ਖੁੱਲ ਗਏ ਨੇ। ਇਹ ਬਾਰ ਬਾਰ ਥੋੜ੍ਹੀ ਬਹੁਤੀ ਗਰੀਸ ਲੱਗੀ ਫਿਰਦੀ ਸੀ, ਹੁਣ ਇਹਨੂੰ ਖੋਲ੍ਹਣ ਲੱਗੇ ਨੇ। ਚੱਕ ਨਟ ਤੇ ਗਿਆ ਖੁੱਲ, ਬਾਕੀ ਟਾਇਰ ਲਾ ਕੇ ਤੇ ਗਰੀਸ ਪਾਰ ਕੇ ਚੱਲ। ਤਾਂ ਜੀ ਅਗਰ ਬਾਹਰੋਂ ਗਰੀਸ ਭਰਨੀ ਹੋਵੇ ਤਾਂ ਮੋੜ ਟਾਇਰ ਦੇ ਨਾਲ ਜੇ ਟਾਇਰ ਨਿਕਲੇਗਾ ਤੇ ਤਾਂ ਬੈਰਿੰਗ ਨੇ ਨਿਕਲਣਾ। ਅੰਦਰ ਵਾਲੇ ਨੂੰ ਕੱਢਣ ਦੀ ਲੋੜ ਕੋਈ ਨੀ ਹੁੰਦੀ, ਅੰਦਰ ਵਾਲਾ ਹਮੇਸ਼ਾ ਕਿੰਨੀਆਂ ਟਰਾਲੀਆਂ ਹੁੰਦੀਆਂ ਨੇ, ਅੰਦਰਲਾ ਬੈਰਲ ਫੈਟ ਹੁੰਦਾ ਹੈ, ਇਹ ਖਰਾਬ ਬੈਰਲ ਢਿੱਲਾ ਹੁੰਦਾ ਹੈ, ਤਾਂ ਲਗਾ ਜਾਂਦਾ ਬੈਰੰਗ। ਆਹ ਬੈਰਲ ਆਰਾਮ ਨਾਲ ਥਿੱਕਿਆ ਜਾਵੇ ਤੇ ਨਿਕਲਣਾ ਸੌਖਾ ਹੁੰਦਾ। ਅੰਦਰਲਾ ਮਤਲਬ ਜਾ ਢਿੱਲਾ ਵੀ ਹੋਣਾ ਹੀ ਨਹੀਂ ਚਾਹੀਦਾ ਬੈਰੰਗ ਦਾ, ਸੂਲ ਤੋਂ ਬੈਰੰਗ ਦੀ ਹੋਣੀ ਚਾਹੀਦੀ ਠੋਕ, ਬੈਰੰਗ ਐਂ ਫਿੱਟ ਚੱਲੇ ਵਿੱਚ ਟਾਇਟ ਰਹਿ ਕੇ। ਜਿਵੇਂ ਬੈਰਿੰਗ ਢਿੱਲਾ ਆਇਆ ਉਵੇਂ ਟੁੱਟ ਕੇ ਭਰਾਂ ਲਗਾ ਜਾਣਾ। ਚੱਲ ਆਵਾਮ ਜ਼ਿਆਦਾਤਰ ਕਮਾਦ ਦੇ ਸੀਜ਼ਨ ਕੋਲ ਗਰੀਸਾਂ ਕਰਵਾਉਂਦੇ ਰਹਿ ਕੇ, ਦੂਏ ਟਰਾਲੀ ਟਰੂਲੀ ਵਾਲੇ ਅੱਗੇ ਪਿੱਛੇ ਕਰੇ ਜੱਕ ਜੋ ਕਾਲੇ ਨੇ ਕਰਾਈ ਤੇ ਆ ਗਏ। ਹਾਂ ਬਾਕੀ ਸਾਰੇ ਗੰਨੇ ਕੋਲ ਹੀ ਕਰਾਉਣੀ ਹੁੰਦੀ, ਲੋਡ ਸ਼ੋਡ ਜ਼ਿਆਦਾ ਹੁੰਦਾ ਤਾਂ ਵਾਸਤੇ। ਆ ਕਿੰਨੇ ਸਾਲ ਬਾਅਦ ਗਰੀਸ ਕਰਾ ਲੈਣੀ ਚਾਹੀਦੀ, ਸਾਲ ਬਾਅਦ? ਹਾਂ ਜੇ ਥੋੜ੍ਹੀ ਚੱਲੇ ਤਾਂ ਮੋੜ ਆਖਿਰ ਸਾਲ ਗਰੀਸ ਖਲੋਤੀ ਰਹਿੰਦੀ ਨਰਮ, ਸਾਲ ਬਾਅਦ ਹੁੰਦੀ ਰਹੇ ਤਾਂ ਠੀਕ ਰਹਿੰਦਾ। ਇਹ ਸਿਸਟਮ ਤਾਂ ਗਿਆ ਸਾਰਾ ਖੋਲ੍ਹੋ, ਨੰਦਲੀ ਸਾਈਡ ਤੈਨੂੰ ਸੱਟਾਂ ਲੱਗਣਗੀਆਂ ਅਤੇ ਤਾਂ ਟਾਇਰ ਨਾ ਨਿਕਲਣਾ, ਐਵੇਂ ਨਹੀਂ ਨਿਕਲਣਾ ਉਹਨਾਂ ਨੇ। ਨਾ ਹਿੱਲਣ ਵਾਲੀ ਗੱਲ ਕੋਈ ਨਹੀਂ, ਪਹਿਲੀ ਵਾਰੀ ਖੁੱਲ੍ਹਣਾ ਤਾਂ ਇੰਨਾ ਜ਼ਿਆਦਾ ਸਖਤ ਹੋਇਆ ਪਿਆ ਟਾਇਰ, ਐਵੇਂ ਨਹੀਂ ਨਿਕਲਣਾ ਜਿੰਨਾ ਚਿਰ ਇਹਨੂੰ ਅੰਦਰੋਂ ਸੱਟਾਂ ਨਾ ਲੱਗੀਆਂ। ਹਲਾ ਜੁਲਾ ਕੇ ਸਾਜੀ ਕੋਈ ਨੀ।
ਤੋਂ ਫਰਕ ਮਲੂਮ ਹੋਇਆ ਹੈਗਾ ਜੀ। ਤੁਰ ਕੇ ਆਇਆ ਅੱਜ ਤੇ ਬਾਰੀ ਬਾ ਲਾਓ ਪਾਸੇ ਲਾਓ ਖਾਂ। ਇਸ ਰਿਮ ਤੇ ਸੱਟ ਲੱਗ ਰਹੀ ਹੈ ਤੇ ਤਾਂ ਕੋ ਟਾਇਰ ਹਿੱਲ ਰਿਹਾ, ਐਵੇਂ ਬੜਾ ਫਸ ਕੇ ਟਾਇਰ ਚੜਿਆ, ਐਵੇਂ ਛੇਤੀ ਨਾ ਹੀ ਇਹਨੇ ਨਿਕਲਣਾ। ਪਹਿਲੂ ਸਵੇਰੇ ਏਦਾਂ ਦੀ 10 ਮਿੰਟ ਦਾ ਕੰਮ ਨੇ, 500 ਪਸਾ ਗਿਆ ਜੀ। ਟਾਇਰ ਨਿਕਲ ਆਇਆ, ਇੱਥੇ ਸੱਟਾਂ ਮਾਰਨੀਆਂ ਪਈਆਂ ਤਾਂ ਨਿਕਲਿਆ। ਬੈਰੰਗ ਜਿਲ੍ਹਾ ਖਲਾ ਐ ਅੰਦਰ ਵਾਲਾ ਬੈਰੰਗ ਤੇ ਆ ਬਾਹਰ ਵਾਲਾ ਬੈਰੰਗ, ਇੱਧਰ ਬਾਹਰ ਆਇਆ ਪਿਆ ਜੀ। ਇਹ ਦੋਵੇਂ ਬੈਰੰਗ ਹੁੰਦੇ ਜਿਹੜੇ ਟਾਇਰ ਨੂੰ ਦੇ ਉੱਤੋਂ ਇੰਨੀ ਕੁ ਗਰੀਸ ਵਿੱਚੋਂ ਨਿਕਲੀ। ਬਾਲਟੀ ਧੋ ਰਹਾ ਜਾ, ਸਿੱਧੀ ਬੋਕ ਪਾਰ ਕੇ ਗਾ ਚੱਲ ਉਸਤਾ ਸ਼ਾਇਆ ਜ਼ੋਰ ਲਾ ਕੇ। ਜਿਹੜੀ ਬੋਟੀ ਸਬਜ਼ੀ ਅਸੀਂ ਖਾਂਦੇ ਆ ਤਾਂ ਬਜੋ ਹੁਣ ਖਾਈ 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 ਮੈਨੂੰ ਸਾਡੇ ਛਿੱਟੇ ਸੜਦਾ ਹੀ ਯਾਰ ਬੈਠ ਬਾਹਰ ਕਰ ਛੱਡਿਆ ਫਿਰ ਚੱਕੀ ਲੰਨ। ਹੁਣ ਤੁਸੀਂ ਚੱਕਣਾ ਨੀ, ਕਿਹੜਾ ਚੱਕਣਾ ਨੀ, ਕਿਹੜਾ ਲੰਨ ਪਟਣਾ ਨੀ, ਫੜ ਲਿਆ ਤੂੰ ਹੁਣ ਤੇ ਕਲਾਉਣਾ ਬਸ ਠੀਕ ਹੈ। ਸਾਰਿਆਂ ਨੂੰ ਬਾਹਰ ਮੇਰੇ ਮਿੱਟੀ ਮਿੱਟੀ
ਟਾਇਰ ਤੂੰ ਰੱਖੇ ਵੇਖ ਕੇ? ਮੈਂ ਤਾਂ ਬੜੇ ਸਾਹਮਣੇ ਰੱਖੇ ਦੇਖੋ ਦੋ ਟਾਇਰ, ਤੇ ਟਾਇਰ ਤੇ ਪਤਾ ਖੋਲਦਾ ਪਿਆ ਪਿਛਾ ਉਹਨਾਂ ਨੂੰ ਉੱਤੇ ਨਾਲ ਕਿੱਧਰ ਅਗਲੇ ਪਾਸੇ ਆ ਪਿੱਲੇ ਅੰਦਰ ਡਰ ਗਈਆਂ ਤੇ ਚੱਕ ਪੰਜ ਸਾਨੂੰ ਗਰੀ ਸਲਾਮੇ ਹੈਗਾ ਚੱਲ ਛੱਡ ਫੇਰ ਚੱਲ ਫੇਰ ਭਾਈਆ ਨਾਲ ਆਸਾ ਕਰਾ ਨੱਟ ਗਿਆ ਕਸੀ ਗਰੀਸ ਵਿੱਚ ਪੈ ਕੇ ਹੋ ਗਿਆ ਜੀ ਬੰਦ ਚੱਲ ਇਹਦੇ ਟਾਇਰ ਕਿੰਨੀ ਹਵਾ ਭਰੀ ਜਾਂਦੀ ਕਿੰਨੀ ਕੋਈ ਆਖੇ ਨਹੀਂ ਮੁੜ ਵੀ ਫੁੱਲ 60 ਕੇ 70 60 ਇੱਕ ਟਾਇਰ ਚ ਤੇ ਟਰੈਕਟਰ ਦੇ 25 30 30 ਪਿਛਲੇ ਤੇ 25 ਅਗਲੇ ਚ 45 ਅਗਲੇ 40 ਤੋਂ 45 ਅੱਛਾ ਤਕਰੀਬਨ 170 ਜਿਹੜੀ ਹੈ ਨਾ ਉਹ ਹਵਾ ਇੱਕ ਟਾਇਰ ਵਿੱਚ ਭਰਾਈਏ ਭਰਾ ਕੇ ਅਤੇ ਹੁਣ ਅਸਾਂ ਵਾਪਸ ਆ ਰਹੇ ਹਾਂ। ਇਸ ਤੋਂ ਇਲਾਵਾ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਈ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਇਨਸ਼ਾਅੱਲਾ ਅਗਲੀ ਅਤੇ ਨਈ ਵੀਡੀਓ ਨਾਲ ਮੁਲਾਕਾਤ ਹੋਏਗੀ। ਗੁੱਡ ਬਾਏ।